एग्जाम क्वेश्चंस ਤੇ ਵੀ ਇਵਨ ਸਰ ਮੈਨੂੰ ਰਿਪੀਟ ਵੀ ਆਏ ਸੀਗੇ ਜੋ ਲੈਂਗੁਏਜ ਅਕੈਡਮੀ ਦੇ ਪੋਰਟਲ ਦੇ ਉੱਪਰ ਸੀਗੇ ਨਾ ਰਿਪੀਟ ਸੀਗੇ ਕੁਐਸਚਨ ਰੀਡਿੰਗ ਦੇ ਵਿੱਚ ਖਾਸ ਕਰਕੇ ਦੇ ਸੇਮ ਜਿਵੇਂ ਟੈਸਟ ਵਿੱਚ ਹੁੰਦਾ ਸੇਮ ਉਸੇ ਤਰ੍ਹਾਂ ਹੀ ਪੋਰਟਲ ਦੇ ਵਿੱਚ ਸੀਗਾ ਸਪੈਸ਼ਲੀ ਮੈਂ ਥੈਂਕ ਯੂ ਕਰਦੀ ਲੈਂਗੁਏਜ ਅਕੈਡਮੀ ਦਾ ਕਿਉਂਕਿ ਮੈਂ ਬਹੁਤ ਸਟਰਗਲ ਕੀਤਾ ਸੀਗਾ ਬਟ ਮੇਰੇ ਸਕੋਰ ਨਹੀਂ ਆ ਰਹੇ ਸੀਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਰਲਡ ਲੈਂਗੁਏਜ ਅਕੈਡਮੀ ਸਿਡਨੀ ਆਸਟ੍ਰੇਲੀਆ ਤੋਂ ਅੱਜ ਮੇਰੇ ਨਾਲ ਹੈ ਨਵਦੀਪ ਜੀ ਜੋ ਸਾਡੇ ਗੁਰਦਾਸਪੁਰ ਕੈਂਪਸ ਦੇ ਇੱਕ ਸਟੂਡੈਂਟ ਨੇ PT which overall score is 61, writing 65, equivalent to a band 7 in IELTS, speaking 64, reading 60, listening 54. Congratulations, Navdeep, very well done. Thank you, sir. Thank you. Navdeep ji, apna 6.5, no less than 6, writing 7 band score hai. Bahut sare students hai jo bahut zyada der practice karde hain, bahut mehnat karde hain, multiple attempts in this score nahi aunda. ਤੁਹਾਡਾ ਬਹੁਤ ਘੱਟ ਸਮੇਂ ਸਕੋਰ ਆਇਆ ਕੀ ਲੱਗਦਾ ਕੀ ਰੀਜ਼ਨ ਇਹਦੇ ਪਿੱਛੇ ਸਰ ਸਭ ਤੋਂ ਵੱਡਾ ਰੀਜ਼ਨ ਤੇ ਪ੍ਰੈਕਟਿਸ ਹੈ ਔਰ ਦੂਸਰਾ ਕਿ ਅਗਰ ਟੀਚਰ ਵਧੀਆ ਹੋਵੇ ਤੇ ਕੋਈ ਵੀ ਮਤਲਬ ਕਿਸੇ ਵੀ ਫੀਲਡ ਦੇ ਵਿੱਚ ਆਏ ਉਹ ਕੋਈ ਮਤਲਬ ਇੱਕ ਪੀਟੀ ਦਾ ਟੈਸਟ ਹੀ ਨਹੀਂ ਈਵਨ ਕਿ ਕੋਈ ਵੀ ਐਗਜ਼ਾਮ ਦੇਣਾ ਹੋਵੇ ਤੇ ਈਜ਼ੀ ਆ ਸੋ ਟੀਚਰ ਜਿਹੜਾ ਬਹੁਤ ਵਧੀਆ ਮਤਲਬ ਕਿ ਇੱਕ ਅਕੈਡਮੀ ਨੂੰ ਕਹਿ ਦੋ ਇੰਸਟੀਟਿਊਸ਼ਨ ਕਹਿ ਦੋ ਉਹ ਮਤਲਬ ਕਿ ਬਹੁਤ ਹੀ ਇੰਪੋਰਟੈਂਟ ਰੋਲ ਰੱਖਦਾ ਸਾਡੇ ਕਰੀਅਰ ਵਾਸਤੇ ਜਾਂ ਸਾਡੇ ਟੈਸਟ ਵਾਸਤੇ ਇਸ ਕਰਕੇ ਮੈਂ ਤੇ ਇੱਕ ਪ੍ਰੈਕਟਿਸ ਔਰ ਇੱਕ ਟੀਚਰ देखो ਤੁਸੀਂ ਲੈਬ ਚ ਬੈਠ ਕੇ ਪ੍ਰੈਕਟਿਸ ਕੀਤਾ ਬਟ ਬਹੁਤ ਸਾਰੇ ਬੱਚੇ ਕੀ ਕਰਦੇ ਆ ਆਉਂਦੇ ਜਾਂਦੇ ਟਰੈਵਲ ਕਰਦੇ ਪ੍ਰੈਕਟਿਸ ਕਰਦੇ ਘਰ ਬੈਠ ਕੇ ਪ੍ਰੈਕਟਿਸ ਕਰ ਰਹੇ ਤੁਹਾਨੂੰ ਕੀ ਲੱਗਦਾ ਲੈਬ ਚ ਬੈਠ ਕੇ ਪ੍ਰੈਕਟਿਸ ਕਰਨਾ ਵਰਸਿਸ ਘਰ ਬੈਠ ਕੇ ਪ੍ਰੈਕਟਿਸ ਕਰਨਾ ਜਾਂ ਕਿਤੇ ਹੋਰ ਬੈਠ ਕੇ ਪ੍ਰੈਕਟਿਸ ਕਰਨਾ ਇੱਕ ਹੋਰ ਚੀਜ਼ ਮੈਂ ਦੇਖੀ ਪੰਜਾਬ ਚ ਪੀਟੀ ਬੱਚੇ ਕਿਵੇਂ ਪ੍ਰੈਕਟਿਸ ਕਰ ਰਹੇ ਨੋਟਬੁੱਕਸ ਤੇ ਪ੍ਰੈਕਟਿਸ ਕਰ ਰਹੇ ਕੰਪਿਊਟਰ ਤੇ ਪ੍ਰੈਕਟਿਸ ਨਹੀਂ ਕਰ ਰਹੇ ਤੁਹਾਨੂੰ ਕੀ ਲੱਗਦਾ ਕੀ ਡਿਫਰੈਂਸ ਹੈ ਦੋਵਾਂ ਚ ਨਹੀਂ ਸਰ ਇੱਕ ਤੇ ਅਗਰ ਅਸੀਂ ਘਰੇ ਬਹਿ ਕੇ ਸਾਨੂੰ ਮਤਲਬ ਅਸੀਂ ਯੂਟਿਊਬ ਦੇ ਉੱਪਰ ਦੇਖ ਲੈਂਦੇ ਸਰਚ ਕਰ ਲੈਂਦੇ ਕਿ ਸਾਨੂੰ ਬਹੁਤ ਜ਼ਿਆਦਾ ਮਟੀਰੀਅਲ ਮਿਲਦਾ ਬਟ ਸਰ ਜੋ ਅਸੀਂ ਨੌਲੇਜ ਗੇਨ ਕਰਾਂਗੇ ਇੱਕ ਇੰਸਟੀਟਿਊਟ ਦੇ ਵਿੱਚ ਜਾ ਕੇ ਇੱਕ ਲੈਬ ਤੇ ਇੱਕ ਕੰਪਿਊਟਰ ਬੇਸਡ ਟੈਸਟ ਹੈ ਸਰ ਅਗਰ ਕੰਪਿਊਟਰ ਦੇ ਉੱਪਰ ਅਸੀਂ ਨਹੀਂ ਕਰਾਂਗੇ ਪ੍ਰੈਕਟਿਸ ਤੇ ਅਸੀਂ ਨੋਟਬੁੱਕ ਦੇ ਉੱਪਰ ਤੇ ਟੈਸਟ ਦਵਾਂਗੇ ਨਹੀਂ ਅਸੀਂ ਉੱਥੇ ਜਾ ਕੇ ਕਨਫਿਊਜ਼ ਹੋ ਜਾਵਾਂਗੇ ਫਿਰ ਬੈਂਡ ਸਕੋਰ ਤੇ ਬਿਲਕੁਲ ਵੀ ਨਹੀਂ ਆਏਗਾ ਕਰੈਕਟ ਕਰੈਕਟ ਬਿਲਕੁਲ ਸਹੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਸਹੀ ਮੈਥਡ ਸਹੀ ਸਟ੍ਰੈਟਜੀਸ ਤੇ ਇੱਕ ਸਹੀ ਇਨਵਾਇਰਨਮੈਂਟ ਦੇ ਵਿੱਚ ਬੈਠ ਕੇ ਪ੍ਰੈਕਟਿਸ ਕਰੋ ਜੋ ਕਿ ਲੈਬ 'ਚ ਮਿਲਦਾ ਹੈ ਕਿਉਂਕਿ ਕੰਪਿਊਟਰ ਬੇਸਡ ਟੈਸਟ ਹੈ ਜਿਵੇਂ ਨਵਦੀਪ ਨੇ ਦੱਸਿਆ ਜੇ ਘਰ ਬੈਠ ਕੇ ਨੋਟਬੁੱਕ ਤੇ ਪ੍ਰੈਕਟਿਸ ਕਰ ਰਹੇ ਹੋ ਕੋਈ ਫਾਇਦਾ ਨਹੀਂ ਹੋਣਾ ਉੱਥੇ ਜਾ ਕੇ ਗਲਤੀਆਂ ਹੋਰ ਜ਼ਿਆਦਾ ਹੋਣਗੀਆਂ ਆਪਣੇ ਆਪ ਨੂੰ ਉਸੇ ਇਨਵਾਇਰਨਮੈਂਟ 'ਚ ਪਾਓ ਜੋ ਐਗਜ਼ਾਮ 'ਚ ਹੋਏਗਾ ਸੋ ਦੈਟ ਜੋ ਮਿਸਟੇਕਸ ਐਗਜ਼ਾਮ 'ਚ ਹੋਣੀਆਂ ਉਹ ਪਹਿਲਾਂ ਹੀ ਹੋ ਜਾਣ ਐਗਜ਼ਾਮ 'ਚ ਮਿਸਟੇਕ ਨਾ ਹੋਏ ਐਂਡ ਤੁਹਾਡਾ ਸਕੋਰ ਆ ਸਕੇ ਨਵਦੀਪ ਜੀ ਤੁਸੀਂ ਪੋਰਟਲ ਤੇ ਪ੍ਰੈਕਟਿਸ ਕੀਤੀ ਆ ਪੋਰਟਲ ਕਿਵੇਂ ਹੈਲਪਫੁਲ ਹੈ ਸਪੈਸ਼ਲੀ ਮੌਕ ਟੈਸਟ ਜਿਹੜੇ ਕੀਤੇ ਆ ਕਿਵੇਂ ਹੈਲਪਫੁਲ ਆ ਸਰ ਬਹੁਤ ਹੀ ਜ਼ਿਆਦਾ ਕਿਉਂਕਿ ਪੋਰਟਲ ਜਿਹੜਾ ਸਰ ਸੇਮ ਜਿਵੇਂ ਸਾਨੂੰ ਐਗਜ਼ਾਮ ਦੇ ਵਿੱਚ ਹੁੰਦਾ ਐਗਜ਼ਾਮ ਕੁਐਸਚਨ ਸਰ ਜਿਹੜੇ ਆਉਂਦੇ ਆ ਇੱਕ ਆਪਾਂ ਇਹਦੇ ਵਿੱਚ ਤਿੰਨ ਸੀਗੇ ਇੱਕ ਐਗਜ਼ਾਮ ਕੁਐਸਚਨ ਸੀਗਾ ਇੱਕ ਮਤਲਬ ਪ੍ਰੈਕਟਿਸ ਕੁਐਸਚਨ ਸੀਗਾ ਜਦੋਂ ਸਰ ਮੈਂ ਫਿਲ ਕਰਨਾ ਸੀਗਾ ਐਗਜ਼ਾਮ ਉਦੋਂ ਐਗਜ਼ਾਮ ਕੁਐਸਚਨ ਦੇ ਵਿੱਚ ਈਵਨ ਸਰ ਮੈਨੂੰ ਰਿਪੀਟ ਵੀ ਆਏ ਸੀਗੇ ਜੋ ਲੈਂਗੁਏਜ ਅਕੈਡਮੀ ਦੇ ਪੋਰਟਲ ਦੇ ਉੱਪਰ ਸੀਗੇ ਨਾ ਰਿਪੀਟ ਸੀਗੇ ਕੁਐਸਚਨ ਰੀਡਿੰਗ ਦੇ ਵਿੱਚ ਖਾਸ ਕਰਕੇ ਸੋ ਸਰ ਪੋਰਟਲ ਮਤਲਬ ਪ੍ਰੈਕਟਿਸ ਕਰਦੇ ਸੇਮ ਜਿਵੇਂ ਟੈਸਟ ਵਿੱਚ ਹੁੰਦਾ ਸੇਮ ਉਸੇ ਤਰ੍ਹਾਂ ਹੀ ਪੋਰਟਲ ਦੇ ਵਿੱਚ ਸੀਗਾ ਇਸ ਲਈ ਸਾਨੂੰ ਪ੍ਰੈਕਟਿਸ ਪੋਰਟਲ ਦੇ ਉੱਪਰ ਔਰ ਸਰ ਸਪੈਸ਼ਲੀ ਮੈਂ ਥੈਂਕ ਯੂ ਕਰਦੀ ਲੈਂਗੁਏਜ ਅਕੈਡਮੀ ਦਾ ਕਿਉਂਕਿ ਮੈਂ ਬਹੁਤ ਸਟਰਗਲ ਕੀਤਾ ਸੀਗਾ ਬਟ ਮੇਰੇ ਸਕੋਰ ਨਹੀਂ ਆ ਰਹੇ ਸੀਗੇ ਤੇ ਮੌਕ ਟੈਸਟ ਨੇ ਕਿਵੇਂ ਹੈਲਪ ਕੀਤੀ ਤੁਹਾਡੀ ਮੌਕ ਟੈਸਟ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਸਾਨੂੰ ਸਾਡੀ ਪਰਫਾਰਮੈਂਸ ਜਿਹੜੀ ਉਹ ਮੌਕ ਟੈਸਟ ਤੋਂ ਪਤਾ ਚੱਲਦੀ ਅਗਰ ਅਸੀਂ ਜਿਵੇਂ ਮਰਜ਼ੀ ਪ੍ਰੈਕਟਿਸ ਹਾਂ ਕਰੀ ਜਾਈਏ ਪ੍ਰੈਕਟਿਸ ਕਰੀ ਜਾਈਏ ਜਦ ਤੱਕ ਅਸੀਂ ਨਹੀਂ ਕਰਾਂਗੇ ਸਰ ਸਕੋਰ ਦਾ ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਅਸੀਂ ਕਿੱਥੋਂ ਤੱਕ ਮਤਲਬ ਗੇਨ ਕਰ ਸਕਦੇ ਹਾਂ ਸਕੋਰ ਲੈ ਸਕਦੇ ਹਾਂ ਸੋ ਮੌਕ ਟੈਸਟ ਇਜ਼ ਵੈਰੀ ਇੰਪੋਰਟੈਂਟ ਸਰ ਦੈਟਸ 100% ਕਰੈਕਟ ਗਾਇਸ ਆ ਗੱਲ ਦਾ ਧਿਆਨ ਰੱਖੋ ਜਿਵੇਂ ਨਵਦੀਪ ਨੇ ਕਿਹਾ ਕਿ ਸਟਰਗਲ ਕਰ ਰਹੇ ਸੀ ਬਟ ਸਕੋਰ ਆਇਆ ਕਿਉਂ ਆਇਆ ਸਹੀ ਇਨਵਾਇਰਨਮੈਂਟ 'ਚ ਬੈਠ ਕੇ ਸਹੀ ਫੀਡਬੈਕ ਲਿਆ ਪਲੱਸ ਮੌਕ ਟੈਸਟ ਦਿੱਤੇ ਜਦੋਂ ਤੁਸੀਂ ਮੌਕ ਟੈਸਟ ਦਿੰਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਐਗਜ਼ਾਮ ਇਨਵਾਇਰਨਮੈਂਟ 'ਚ ਐਗਜ਼ਾਮ ਪ੍ਰੈਸ਼ਰ 'ਚ ਐਗਜ਼ਾਮ ਦੀ ਨਰਵਸਨੈਸ ਵਿੱਚ ਤੁਸੀਂ ਕਿਵੇਂ ਪਰਫਾਰਮ ਕਰਦੇ ਹੋ ਕਿਹੜੀਆਂ ਗਲਤੀਆਂ ਕਰਦੇ ਹੋ ਜਦੋਂ ਤੁਸੀਂ ਬਾਰ ਬਾਰ ਮੌਕ ਟੈਸਟ ਬੈਠਦੇ ਹੋ ਤੁਸੀਂ ਆਪਣੇ ਆਪ ਨੂੰ ਕੰਫਰਟੇਬਲ ਕਰਦੇ ਹੋ ਯੂਜ਼ ਟੂ ਕਰਦੇ ਹੋ ਐਗਜ਼ਾਮ ਇਨਵਾਇਰਨਮੈਂਟ ਨੂੰ ਲੈ ਕੇ ਐਂਡ ਜਦੋਂ ਤੁਸੀਂ ਐਗਜ਼ਾਮ ਦੇਣ ਜਾਂਦੇ ਹੋ ਬਿਲਕੁਲ ਵੀ ਨਰਵਸਨੈਸ ਨਹੀਂ ਹੁੰਦੀ ਪਰਫਾਰਮੈਂਸ ਬੈਸਟ ਹੁੰਦੀ ਹੈ ਐਂਡ ਸਕੋਰ ਵੀ ਫਸਟ ਅਟੈਂਪਟ 'ਚ ਆਉਂਦਾ ਨਵਦੀਪ ਕੋਈ ਫਾਈਨਲ ਐਡਵਾਈਸ ਫਾਈਨਲ ਟਿਪਸ ਸਟ੍ਰੈਟਜੀਸ ਬੱਚੇ ਨਾਲ ਸ਼ੇਅਰ ਕਰਨੇ ਚਾਹੋਗੇ ਕਿਉਂਕਿ ਤੁਸੀਂ ਦੇਖਿਆ ਹੋਏਗਾ ਬੱਚੇ ਬਹੁਤ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਸਕੋਰ ਨਹੀਂ ਆ ਰਿਹਾ ਕੋਈ ਇਹੋ ਜਿਹੀ ਐਡਵਾਈਸ ਜਿਹਦੀ ਜਿਹਦੇ ਨਾਲ ਉਹਨਾਂ ਦੀ ਵੀ ਹੈਲਪ ਹੋ ਸਕੇ
सर यही कि मतलब एक वधिया टीचर होना चाहिए जिहड़ा सानू गाइड करे, अपनी मिस्टेक साड़ियाँ दसे कि असी कितने गलती करते हैं, कितने अपलैक करते पे, और दूसरा प्रैक्टिस मॉक टेस्ट जिहड़े वो दिते जान। और सब तो वधिया मैं तो यही गल कहूँगी जिन्हें भी ईवन की प्रैक्टिस करनी है वो लैंग्वेज अकैडमी गुरदासपुर चल जाए या जलंधर चल जाए। और सर मैं तो ये भी बोलिया सीगा कि एक अमृतसर दे विच भी ओपन कर लो, क्योंकि मैं अमृतसर दी हाँ, मैनू मतलब थोड़ा प्रॉब्लम आई सी ट्रैवल करन दी। हाँ जी, अमृतसर भी आ रही है 1 महीने से। जी, हाँ जी, सर हाँ, थैंक यू नवदीप जी। मैनू की लगता है नवदीप का स्कोर क्यों आ, क्योंकि कंसिस्टेंट प्रैक्टिस रही है, प्रैक्टिस का फीडबैक लिया है। देखो, जो तुम बैठ के सिर्फ प्रैक्टिस करी जा रहे हो कोई फायदा नहीं है। प्लीज अपने ट्यूटर को पूछो कि जो मैं कर रहा हूँ सही कर रहे हैं या सही नहीं कर रहे हैं, कि मैं इम्प्रूव करना, की मिस्टेक्स है, की फीडबैक है। फिर मॉक टेस्ट दो, मॉक टेस्ट जो गलतियां होंगी इम्प्रूव करो, अगला मॉक टेस्ट दो। जदों तक मॉक टेस्ट परफेक्ट नहीं होता, प्लीज एग्जाम ना दो। मॉक टेस्ट स्कोर आना था ट्यूटर के अंदर, तुम एग्जाम दे सकते हो, एग्जाम दो एंड फर्स्ट अटेम्प्ट अपना स्कोर लेके आओ। कांग्रेचुलेशंस नवदीप, ऑल द वेरी बेस्ट। थैंक यू सर, थैंक यू। गल याद रखो, नवदीप ने स्कोर लिया, मैं लिया, हजारों बच्चे अगले डे स्कोर ले रहे हैं, तुम भी ले सकते हो। हार्ड वर्क में छोड़ के स्मार्ट वर्क करो। आ देखो की इंपॉर्टेंट है की नहीं इंपॉर्टेंट, एंड यू विल 120% गेट योर डिजायर्स को इन अ वेरी शॉर्ट स्पैन ऑफ टाइम। जो कोई भी हेल्प चाहिए तो सानू इस नंबर से कॉन्टैक्ट कर सकते हो। वर्ल्ड फ्रॉम लैंग्वेज अकेडमी, आई विल सी यू वेरी सून। टिल देन टेक केयर एंड स्टे सेफ।